ਨੇਚਰ ਮੁੱਝ ਤੋਂ ਰਿਹਾ ਕਲੇਸੀਆ ਰਸ਼ੀਨ ਪੈਪਨ ਗੱਭਰੂ ਤੇ ਸੀਆ ਕੱਲੂ ਸ਼ਰਬ। ਦੋਸਤੋ ਨਾਟ 11 ਯਾਨੀ ਕਿ ਸਿੱਧੂ ਮੂਸੇਵਾਲੇ ਨੂੰ ਉਸਤਾਦ ਮੰਨਣ ਵਾਲਿਓ ਮੇਰੇ ਵੀਰ ਅਤੇ ਭੈਣੋ, ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡੇ ਉਸਤਾਦ ਸਿੱਧੂ ਮੂਸੇਵਾਲੇ ਦਾ ਉਸਤਾਦ ਕੌਣ ਹੈ? ਨਹੀਂ ਤਾਂ ਇਹ ਜਾਣਨ ਲਈ ਬਸ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਯਾਦੀ ਦੁਨੀਆ ਚ ਕੱਲਾ ਘੁੰਮਦਾ ਹੋ ਕੀ ਕਰਾ ਹੌਸਲਿਆ ਬੜੇ ਯਾਰ ਦੇ। ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਸ ਸ਼ਖਸ ਦੇ ਰੂਬਰੂ ਕਰਾਵਾਂਗੇ ਜਿਸ ਦੇ ਕਾਰਨ ਸਿੱਧੂ ਮੂਸੇਵਾਲਾ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ। ਦੋਸਤੋ ਜਦੋਂ ਸਿੱਧੂ ਮੂਸੇਵਾਲਾ ਆਪਣੇ ਪਹਿਲਿਆਂ ਸਮਿਆਂ ਵਿੱਚ GNE ਕਾਲਜ ਪੜ੍ਹਦਾ ਸੀ ਤਾਂ ਉਸਦੇ ਨਜ਼ਦੀਕ ਹੀ ਇੱਕ ਹਰਵਿੰਦਰ ਬਿੱਟੂ ਨਾਮਕ ਸ਼ਖਸ ਦੀ ਮਿਊਜ਼ਿਕ ਅਕੈਡਮੀ ਸੀ ਜਿੱਥੇ ਕਿ ਨਿੰਜਾ ਵੀ ਅਕਸਰ ਆਉਂਦਾ ਹੁੰਦਾ ਸੀ ਅਤੇ ਸਿੱਧੂ ਮੂਸੇਵਾਲਾ ਉਹਨਾਂ ਸਮਿਆਂ ਵਿੱਚ ਹਰਵਿੰਦਰ ਬਿੱਟੂ ਕੋਲ ਰਿਆਜ਼ ਕਰਦਾ ਸੀ। ਜੀ ਹਾਂ ਦੋਸਤੋ, ਹਰਵਿੰਦਰ ਬਿੱਟੂ ਦੀ ਹੀ ਅਕੈਡਮੀ ਤੇ ਸਿੱਧੂ ਮੂਸੇਵਾਲਾ ਅਤੇ ਨਿੰਜਾ ਦੀ ਮੁਲਾਕਾਤ ਹੋਈ ਸੀ ਅਤੇ ਸਿੱਧੂ ਮੂਸੇਵਾਲੇ ਨੇ ਨਿੰਜਾ ਨੂੰ ਆਪਣਾ ਸਭ ਤੋਂ ਪਹਿਲਾ ਗਾਣਾ ਲਾਇਸੈਂਸ ਲੈ ਕੇ ਦਿੱਤਾ ਸੀ ਜੋ ਕਿ ਕਾਫੀ ਸੁਪਰ ਡੁਪਰ ਹਿੱਟ ਆਇਆ ਸੀ। ਦੋਸਤੋ ਹਰਵਿੰਦਰ ਬਿੱਟੂ ਜੀ ਦਾ ਫੇਸਬੁੱਕ ਤੇ ਪੇਜ ਹੈ ਅਤੇ ਉਹਨਾਂ ਨੇ ਆਪਣੀ ਕਵਰ ਫੋਟੋ ਲਗਾਈ ਹੋਈ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ, ਨਿੰਜਾ ਅਤੇ ਉਹ ਖੁਦ ਬੈਠੇ ਦਿਖਾਈ ਦੇ ਰਹੇ ਹਨ। ਇਹ ਤੁਸੀਂ ਖੁਦ ਵੀ ਚੈੱਕ ਕਰ ਸਕਦੇ ਹੋ। ਸੋ ਦੋਸਤੋ ਅੱਜ ਲਈ ਇੰਨੇ ਤੇ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ। ਮੈਂ ਬੰਦਾ ਦਈਓ ਤੌਰਿਆਂ ਜੋ ਚਾਹੁੰਦੇ ਹੋ ਮਕਾਉਣਾ ਤੁਸੀਂ ਭੁੱਲ ਜਾਓ। ਹੋ ਮੇਰੇ ਗੀਤ ਚਪੇੜਾਂ ਵਰਗੇ ਨੇ ਸਲੇ ਤਾਈ।